ਐਸਐਸਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿੱਧੂ ਵੱਲੋਂ ਸਤਿ ਸ਼੍ਰੀ ਅਕਾਲ ਤੇ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ। ਤੋਂ ਇੱਕ ਵਾਰ ਫਿਰ ਅਸੀਂ ਫਲਾਇੰਗ ਫੈਸ਼ਨ ਤੇ ਪਹੁੰਚੇ ਜਿੱਥੇ ਕਿ ਦੀਵਾਲੀ ਦੀ ਸੇਲ ਜਿਹੜੀ ਲੱਗ ਚੁੱਕੀ ਹੈ ਜੀ। ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਦੀਵਾਲੀ ਦੀ ਸੇਲ ਤੇ ਲੱਗੀਆਂ ਨੇ ਜੀ? ਸਭ ਤੋਂ ਪਹਿਲਾਂ ਪ੍ਰੋਗਰਾਮ ਦੇਖਣ ਵਾਲੇ ਭੈਣ ਭਰਾਵਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਸ ਟਾਈਮ ਸਾਡੇ ਕੋਲ ਮੇਡ ਇਨ ਕੋਰੀਆ ਦੀ ਸ਼ਿਮਰ ਹੈ ਜਿਹੜੀ ਕਿ ਦੀਵਾਲੀ ਤੇ ਤੁਹਾਨੂੰ ਸਪੈਸ਼ਲ ਪ੍ਰਾਈਜ਼ ਦਿੱਤੀਆਂ ਜਾਣਗੀਆਂ। ਜਿਸ ਤਰ੍ਹਾਂ ਤੁਸੀਂ ਆਹ ਸਾਰੇ ਕਲਰ ਦੇਖ ਰਹੇ ਆ ਮੇਰੇ ਭੈਣ ਭਰਾ, ਅਸੀਂ ਤੁਹਾਡੇ ਲਈ ਵੈਨਕੂਵਰ ਤੋਂ ਮਾਲਟਨ ਵਿੱਚ ਬਹੁਤ ਵੱਡਾ ਸ਼ੋਰੂਮ ਖੋਲਿਆ। ਤੁਸੀਂ ਸਾਰੇ ਮੇਰੇ ਭੈਣ ਭਰਾ ਇੱਥੇ ਆ ਕੇ ਪਹੁੰਚਣ। ਜਿਸ ਤਰ੍ਹਾਂ ਕਿ ਆ ਲੇਟੈਸਟ ਪ੍ਰਿੰਟ ਹੈਗੇ ਆ, ਮੇਡ ਇਨ ਥਾਈਲੈਂਡ ਦੀ ਕਾਟਨ ਹੈਗੀ ਆ, ਇਹਦੇ ਵਿੱਚ ਕੋਈ ਬਬਲਸ ਕੁਛ ਨਹੀਂ ਬਣਦੇ। ਸਾਰੇ ਮੇਰੇ ਭੈਣ ਭਰਾ ਇਸ ਨੂੰ ਲੈਣ ਵਾਸਤੇ ਫਲਾਇੰਗ ਫੈਸ਼ਨ ਮਾਲਟਨ ਦੇ ਵਿੱਚ ਗ੍ਰੀਨ ਪਲਾਜ਼ੇ ਉੱਤੇ ਪਹੁੰਚ। ਹਾਂਜੀ, ਇਹ ਕਿਹੜੀ ਫੈਬਰਿਕ ਆ ਜੀ? ਜਿਹੜੀ ਇਹ ਵਾਲੀ ਫੈਬਰਿਕ ਸਾਰੇ ਦੇਖ ਰਹੇ ਹੈਗੇ ਮੇਡ ਇਨ ਕੋਰੀਆ ਦੀ ਹੈਗੀ ਹੈ, ਸਾਟਨ ਸਿਲਕ, ਜਿਹੜੀ ਕਿ ਬੜੀ ਲੇਟੈਸਟ ਸੀ। ਗ੍ਰੈਂਡ ਓਪਨਿੰਗ 'ਤੇ ਅਸੀਂ ਤੁਹਾਨੂੰ ਇਹ $10 ਪਰ ਜਾਰਡ ਦਿੱਤੀ ਸੀ। ਜਿਸ ਤਰ੍ਹਾਂ ਕਿ ਇਹਦੇ ਵਿੱਚ ਤੁਸੀਂ ਸਾਰੇ ਪ੍ਰਿੰਟ ਦੇਖੋ, ਇਹਦੇ ਵਿੱਚ ਇੱਕ ਪ੍ਰਿੰਟ ਨਹੀਂ, ਦੋ ਪ੍ਰਿੰਟ ਨਹੀਂ, ਕਾਫੀ ਡਿਜ਼ਾਇਨ ਅਸੀਂ ਹੋਰ ਕੱਢੇ ਹੈਗੇ ਆ। ਸੋ ਸਾਰੇ ਭੈਣ ਭਰਾਵਾਂ ਨੂੰ ਇਹ ਦੀਵਾਲੀ ਸਪੈਸ਼ਲ 'ਤੇ ਜਿੰਨੀ ਵੀ ਫੈਬਰਿਕ ਸਾਡੇ ਇਸ ਸ਼ੋਰੂਮ ਦੇ ਵਿੱਚ ਹੈਗੀ ਆ, ਲੇਟੈਸਟ ਫੈਬਰਿਕ ਹੈਗੀ ਆ, 16 ਇੰਚ ਵਾਈਡ ਹੈਗੀ ਆ, ਇਹ ਅਸੀਂ ਤੁਹਾਨੂੰ ਦੇਵਾਂਗੇ 50% ਔਫ। ਜਿਸ ਤਰ੍ਹਾਂ ਕਿ $10 ਦੀ ਸੀ, ਇਹ ਤੁਹਾਨੂੰ ਹੁਣ $5.99 ਪਰ ਜਾਰਡ ਮਿਲੇਗੀ ਜੀ। ਜਿਹੜੀ ਆਹ ਇਸ ਵੇਲੇ ਮੈਂ ਦੇਖ ਰਹੇ ਜੀ ਆਪਾਂ ਜਿਹੜੇ ਸੈਂਪਲ ਨੇ, ਇਹ ਵੈਲਵਟ ਲੱਗਦੀ ਹੈ ਜੀ। ਸੋ ਇਹਦਾ ਪਰ ਥਾਨ ਹੈ ਨਹੀਂ, ਇਹ ਐਨਏ ਕਿਉਂ ਆ? ਕਿਉਂਕਿ ਮੈਂ ਤੁਹਾਨੂੰ ਇਹੀ ਸਾਰੇ ਆਪਣੇ ਭੈਣ ਭਰਾ ਨੂੰ ਦੱਸਣਾ ਚਾਹੁੰਦੀ ਹਾਂ ਵੀ ਵੈਲਵਟ ਸਾਡੀ ਆਉਣ ਵਾਲੀ ਸੀਗੀ, ਥੋੜ੍ਹੀ ਡਿਲੇ ਹੋ ਗਈ ਆ ਕਿਉਂਕਿ ਹੋਲੀਡੇਜ਼ ਵਿੱਚ ਆ ਗਈਆਂ। ਸੋ ਸਾਰੇ ਮੇਰੇ ਭੈਣ ਭਰਾ ਫੈਬਰਿਕ ਨੂੰ ਦੇਖ ਰਹੇ ਆ, ਵੈਲਵਟ ਨੂੰ ਦੇਖ ਰਹੇ ਆ ਜਿਹੜੀ ਕਿ ਮੇਡ ਇਨ ਕੋਰੀਆ ਦੀ ਹੈਗੀ ਆ। ਸੋ ਜਿਨ੍ਹਾਂ ਨੇ ਵੀ ਵੈਲਵਟ ਲੈਣੀ ਆਪਣੀ ਸ਼ੋਪਿੰਗ ਨੂੰ ਹੋਲਡ ਕਰਨਾ, ਇਹ ਨੈਕਸਟ ਵੀਕ ਤੋਂ ਬਾਅਦ ਸਾਡੇ ਵੈਲਵਟ ਪਹੁੰਚ ਜਾਣੀ ਹੈ, ਜਿਹਦੇ ਵਿੱਚ ਤੁਹਾਨੂੰ ਇੱਕ ਕੁਆਲਿਟੀ ਨਹੀਂ, ਦੋ ਕੁਆਲਿਟੀ ਨਹੀਂ, ਤਿੰਨ ਕੁਆਲਿਟੀ, ਕਾਫੀ ਕੁਆਲਿਟੀ ਮਿਲਣਗੀਆਂ ਅਤੇ ਉਹਦੇ ਨਾਲ ਤੁਹਾਨੂੰ ਪ੍ਰਾਈਜ਼ਿਸ ਵੀ ਡਿਫਰੈਂਟ ਡਿਫਰੈਂਟ ਮਿਲਣਗੀਆਂ।